ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਪਰਿੰਗ ਪਤੰਗ ਕੁੰਜਰ ਏਕ ਦੁਖ ਵਿਨਾਸ਼ ਪੰਜ ਦੁਖ ਅਸਾਧ ਜਾਮੈ ਤਾਕਿ ਕੇਤ ਆਸ ਮਾਤੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤਿਰਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਪਾਸ ਅਵਧ ਲਾਗੇ ਕਛ ਨਾ ਚਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ ਜੁਗੋ ਜੁਗ ਅਡਲ ਜਬਰਦਸਤ ਸ਼ਬਦ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਸੰਸਰਗੀ ਜਨੋ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਚੱਲ ਰਹੇ ਗੁਰਮਤਿ ਸਮਾਗਮ ਦੀ ਲੜੀ ਤਹਿਤ ਅੱਜ ਸੱਤਵੇਂ ਦਿਨ ਗੁਰੂ ਗੋਬਿੰਦ ਵਿੱਚ ਆਪ ਜੀ ਜੁੜ ਬੈਠੇ ਹੋ। ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਆਓ ਇਸ ਦੀ ਵਿਚਾਰ ਦੀ ਪਰਮਤਾ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਗਵਾਈਏ। ਰਸਨਾ ਪਵਿੱਤਰ ਕਰਦੇ ਹਾਂ ਗੁਰੂ ਕਲਚੰਦਰ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁਬਾਰਕ ਬਚਨ ਰਵਿਦਾਸ ਮਹਾਰਾਜ ਜੀ ਦਾ ਆਸਾ ਰਾਗ ਵਿੱਚ ਹੈ। ਆਸਾ ਰਾਗ ਦਾ ਇਹ ਪਹਿਲਾ ਪਾਵਨ ਬਚਨ ਹੈ ਜਿਸ ਦੇ ਅੰਦਰ ਸਤਿਗੁਰ ਮਹਾਰਾਜ ਆਖਦੇ ਨੇ ਰਹਾਉ ਵਾਲੀਆਂ ਤੁਕਾਂ ਜੋ ਸ਼ਬਦ ਦਾ ਮੁੱਖ ਵਿਸ਼ਾ ਹੋਇਆ ਕਰਦੀਆਂ ਨੇ, ਕੇਂਦਰੀ ਭਾਵ ਹੋਇਆ ਕਰਦੀਆਂ ਨੇ, ਉਸ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਤੋ ਅਵਿਦਿਆ ਹਿਤ ਕੀਨ ਵਿਵੇਕ
ਕਰੀਨ ਰਹਾਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੰਨ ਲਓ ਇਹ ਪਰਮੇਸ਼ਰ ਅਵਿਦਿਆ ਹਿਤ ਕੀਨ, ਦੁਨੀਆਂ ਦੇ ਲੋਕ ਜਿਹੜੀ ਵਿਵੇਕ ਬੁੱਧ ਪਰਮੇਸ਼ਰ ਨੇ ਦਿੱਤੀ ਹੋਈ ਸੀ ਉਹਨੂੰ ਛੱਡ ਕਰਕੇ, ਭਾਵ ਅਵਿਦਿਆ ਦਾ ਅਰਥ ਹੁੰਦਾ ਗਿਆਨਹੀਣ। ਗਿਆਨਹੀਣਤਾ ਦੇ ਨਾਲ ਮਨੁੱਖ ਜਿਹੜੇ ਨੇ, ਹਿੱਤ ਦਾ ਮਤਲਬ ਪ੍ਰੇਮ ਕੀਨ, ਅਗਿਆਨਤਾ ਦੇ ਨਾਲ ਹਿੱਤ ਲਾ ਕੇ ਬੈਠੇ ਹੋਏ ਨੇ। ਵਿਵੇਕ ਦੀਪ ਮਲੀਨ, ਵਿਵੇਕ ਦਾ ਅਰਥ ਹੁੰਦਾ ਹੈ ਚੰਗੇ ਮਾੜੇ ਕਰਮਾਂ ਦੀ ਪਰਖ ਕਰਨ ਵਾਲੀ ਉਹ ਬੁੱਧੀ। ਕਹਿਣ ਲੱਗੇ ਚੰਗੇ ਮਾੜੇ ਕਰਮਾਂ ਦੇ ਕਰਨ ਵਾਲੀ ਜਿਹੜੀ ਬੁੱਧੀ ਹੈ ਵਾਲਾ ਦੀਪਕ ਹੈ ਉਹ ਮਨੁੱਖ ਨੇ ਮਲੀਨ ਕਰ ਦਿੱਤਾ ਹੋਇਆ ਹੈ, ਭਾਵ ਉਹ ਮਤ ਜਿਹੜੀ ਮਤ ਮਨੁੱਖ ਨੇ ਵਰਤ ਕੇ ਚੰਗੇ ਅਤੇ ਮਾੜੇ ਕਰਮਾਂ ਦੀ ਇਹਨੂੰ ਪਹਿਚਾਣ ਹੋਣੀ ਸੀ ਉਹ ਮਤ ਇਹਨੇ ਗਵਾ ਲਈ ਹੈ। ਹੁਣ ਖਿਆਲ ਕਰਨਾ ਦੁਨੀਆਂ ਦੇ ਅੰਦਰ ਹਰੇਕ ਮਨੁੱਖ ਜਿਹੜਾ ਹੈ ਉਹ ਰਾਤ ਦੇ ਹਨੇਰੇ ਤੋਂ ਡਰਦਾ ਹੈ ਅਤੇ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਇੱਕ ਦੀਵਾ ਉਹ ਆਪਣੇ ਜੀਵਨ ਦੇ ਅੰਦਰ ਲੈ ਕੇ ਆਉਂਦਾ ਹੈ। ਉਹ ਜੀਵਨ ਦੇ ਅੰਦਰ ਦੀਵੇ ਦੀ ਰੋਸ਼ਨੀ ਦੇ ਨਾਲ ਕਦਮ ਪੁੱਟਦਾ ਹੈ, ਪਰ ਜਿਹੜਾ ਮਨੁੱਖ ਹੈ ਉਹ ਦੀਵੇ ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਦੀਵਾ ਸੀ ਉਹ ਲਾਲ ਟੈਨ ਜਿਹਨੂੰ ਕਹਿੰਦੇ ਸਨ ਉਹਦੇ ਵਿੱਚ ਰੱਖਿਆ ਜਾਂਦਾ ਸੀ। ਮੇਰੇ ਉਮਰ ਦੇ ਅਤੇ ਮੇਰੀ ਉਮਰ ਤੋਂ ਪਹਿਲੇ ਵਾਲੇ ਮਨੁੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਉਹ ਦੀਵਾ ਜਿਹੜਾ ਲਾਲ ਟੈਨ ਦੇ ਵਿੱਚ ਰੱਖਿਆ ਜਾਂਦਾ ਸੀ ਦੀਵੇ ਦੀ ਜਿਹੜੀ ਧੂੰਆਂ ਨਿਕਲਦਾ ਸੀ ਉਹਦੇ ਨਾਲ ਉਹਦਾ ਆਲੇ ਦੁਆਲਾ ਜਿਹੜਾ ਕੱਚ ਦਾ ਪਦਾਰਥ ਹੁੰਦਾ ਸੀ ਆਲੇ ਦੁਆਲੇ ਲੱਗਾ ਹੋਇਆ ਵੀ ਹਵਾ ਆਉਣ ਦੇ ਨਾਲ ਦੀਵਾ ਬੁੱਝੇ ਨਾ, ਉਹ ਹੌਲੀ ਹੌਲੀ ਉਸ ਧੂੰਏ ਦੇ ਨਾਲ ਕਾਲਾ ਹੋ ਜਾਂਦਾ ਸੀ ਅਤੇ ਉਹਨੂੰ ਫਿਰ ਸਾਫ਼ ਕਰਨਾ ਪੈਂਦਾ ਸੀ ਕਿਉਂਕਿ ਉਹ ਦੀਵਾ ਧੂੰਆਂ ਛੱਡਦਾ ਸੀ, ਆਲੇ ਦੁਆਲੇ ਧੂੰਆਂ ਲੱਗਦਾ ਜਾਂਦਾ ਸੀ, ਉਹ ਪਰਤ ਜੰਮ ਜਾਂਦੀ ਸੀ ਅਤੇ ਫਿਰ ਉਸ ਦੀਵੇ ਦੀ ਰੋਸ਼ਨੀ ਜਿਹੜੀ ਸੀ ਉਹ ਬਾਹਰ ਨਹੀਂ ਸੀ ਨਿਕਲਦੀ, ਉਹਨੂੰ ਸਾਫ਼ ਕਰਨਾ ਪੈਂਦਾ ਸੀ। ਉਹ ਮਨੋ ਮਲੀਨ ਹੋ ਜਾਂਦਾ ਸੀ ਗੰਦਗੀ ਦੇ ਵਿੱਚ, ਧੂੰਏ ਦੇ ਵਿੱਚ ਆ ਕਰਕੇ ਬਾਹਰ ਰੋਸ਼ਨੀ ਸੀ ਨਹੀਂ ਸੀ ਕੱਢਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਵੇਂ ਮਨੁੱਖ ਦੀ ਜਿਹੜੀ ਮਲੀਨਤਾ ਆ ਚੁੱਕੀ ਹੈ ਇਹਦੇ ਵਿਵੇਕ ਬੁੱਧੀ ਦੇ ਅੰਦਰ, ਮਨ ਉਹ ਦੀਵਾ ਮਲੀਨ ਹੋ ਚੁੱਕਿਆ ਹੈ ਅਤੇ ਜਿਹੜਾ ਮਨੁੱਖ ਇਸ ਵਿਵੇਕ ਬੁੱਧੀ ਦੀ ਵਰਤੋਂ ਕਰਦਾ ਹੈ ਕਿਆ ਕਰਨਾ ਗਿਆਨ ਦੇ ਅਨੁਸਾਰ ਜੀਵਨ ਵਿੱਚ ਕਰਮ ਕਰਦਾ ਹੈ, ਸਭ ਕਹਿਣ ਲੱਗੇ ਉਹ ਪਰਮੇਸ਼ਰ ਦੇ ਦਰ ਦੀ ਉੱਤੇ ਪ੍ਰਵਾਨੀਆਂ ਜਾਂਦਾ ਹੈ ਅਤੇ ਜਿਨ੍ਹਾਂ ਦਾ ਇਹ ਪਾਵਨ ਬਚਨ ਹੈ ਉਹਨਾਂ ਨੇ ਗਿਆਨ ਦੇ ਦੀਵੇ ਦੇ ਨਾਲ ਮਨੁੱਖਤਾ ਨੂੰ ਰੋਸ਼ਨ ਦਿੱਤਾ ਹੀ, ਜਿੱਥੇ ਉਹਨਾਂ ਨੇ ਆਪ ਆਪਣੀ ਜ਼ਿੰਦਗੀ ਦੇ ਅੰਦਰ ਰੋਸ਼ਨੀ ਲੈ ਕੇ ਆਉਂਦੀ ਉੱਥੇ ਉਹਨਾਂ ਨੇ ਮਨੁੱਖਤਾ ਨੂੰ ਵੀ ਰੋਸ਼ਨੀ ਦਿੱਤੀ ਹੈ ਅਤੇ ਜਦੋਂ ਉਸ ਗਿਆਨ ਦੇ ਨਾਲ ਰਵਿਦਾਸ ਮਹਾਰਾਜ
ਦੁਨੀਆਂ ਨੂੰ ਉਪਦੇਸ਼ ਦਿੰਦੇ ਨੇ। ਚਾਰੇ ਕੁੰਟਾਂ ਦੇ ਅੰਦਰ ਉਹਨਾਂ ਦੀ ਪਹਿਚਾਣ ਬਣਦੀ ਹੈ, ਲੋਕ ਜਸ ਕਰਦੇ ਨੇ। ਉਹ ਜਸ ਸੁਣ ਕੇ ਹੋਰ ਲੋਕ ਪੁੱਛਦੇ ਨੇ ਵੀ ਇਹ ਕੌਣ ਹੈ, ਕਿਉਂਕਿ ਤੁਸੀਂ ਵੇਖਿਆ ਹੋਵੇਗਾ ਮਨੁੱਖ ਜਿਹੜਾ ਉੱਘਾ ਹੁੰਦਾ, ਪ੍ਰਸਿੱਧ ਹੁੰਦਾ, ਉਹ ਆਪਣੇ ਕਰਮਾਂ ਦੇ ਕਾਰਨ ਹੁੰਦਾ। ਕਰਮ ਦੇ ਕਾਰਨ ਮਨੁੱਖ ਪ੍ਰਸਿੱਧ ਹੁੰਦਾ ਅਤੇ ਲੋਕ ਰਵਿਦਾਸ ਜੀ ਬਾਰੇ ਪੁੱਛਦੇ ਨੇ ਵੀ ਉਹ ਉੱਚੀ ਕੁੱਲ ਦੇ ਹੋਵਣਗੇ, ਉਹ ਕਰਮ ਬੜੇ ਵੱਡੇ ਕਰਦੇ ਹੋਵਣਗੇ। ਅਤੇ ਜਦੋਂ ਉਹਨਾਂ ਲੋਕਾਂ ਨੇ ਪੁੱਛਿਆ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਉੱਤਰ ਦਿੰਦੇ ਨੇ ਆਪਣੀ ਵਾਰ ਦੇ ਵਿੱਚ। ਕਹਿੰਦੇ ਨੇ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਚੌਂ ਚੱਕਾਂ ਦਾ ਮਤਲਬ ਚਾਰੇ ਪਾਸੇ ਉਹਨਾਂ ਦੀ ਸ਼ੋਭਾ ਜਿਹੜੀ ਸੀ ਉਹ ਵਧੀ। ਅਤੇ ਉਹਨਾਂ ਬਾਰੇ ਜਦੋਂ ਪੁੱਛਦੇ ਨੇ ਵੀ ਕੰਮ ਕੀ ਕਰਦੇ ਨੇ ਅਤੇ ਉਹ ਦੱਸਦੇ ਨੇ ਪਾਣਾ ਗੱਡੇ ਰਾਹ ਵਿੱਚ ਖੁੱਲ੍ਹਾ ਧਰਮ ਦੋਏ ਢੋਲ ਢਮੰਤਾ, ਵੀ ਉਹ ਰਸਤੇ ਦੇ ਵਿੱਚ ਜੁੱਤੀਆਂ ਗੰਢਦੇ ਨੇ ਅਤੇ ਉਹਨਾਂ ਦਾ ਧਰਮ ਜਿਹੜਾ ਹੈ ਮੋਏ ਹੋਏ ਡੰਗਰ ਢੋ ਕੇ ਅਤੇ ਪਰਿਵਾਰ ਦੀ ਪਾਲਣ ਪੋਸ਼ਣਾ ਕਰਨਾ। ਪਾਣਾ ਗੱਡੇ ਰਾਹ ਵਿੱਚ ਖੁੱਲ੍ਹਾ ਧਰਮ ਟੋਏ ਢੋਲ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਟਾ। ਕਹਿਣ ਲੱਗੇ ਜਿਵੇਂ ਮੈਲੇ ਕੁਚੈੜੇ ਕੱਪੜੇ ਦੇ ਵਿੱਚ ਹੀਰਾ ਲਪੇਟਿਆ ਹੋਵੇ, ਅਤੇ ਯਾਦ ਰੱਖਿਓ ਭਾਵੇਂ ਕੱਪੜੇ ਮੈਲੇ ਹੋਵਣ, ਹੀਰੇ ਦੀ ਕੀਮਤ ਜਿਹੜੀ ਹੈ ਉਹ ਕਦੀ ਘੱਟਦੀ ਨਹੀਂ ਹੈ। ਇਵੇਂ ਰਵਿਦਾਸ ਜੀ ਦੇ ਭਾਵੇਂ ਕੱਪੜੇ ਤੇ ਪੁਰਾਣੇ ਨੇ ਮੈਲੇ ਕੁਚੈੜੇ ਨੇ, ਕਿਉਂਕਿ ਕੰਮ ਜੁੱਤੀਆਂ ਗੱਢਣ ਵਾਲਾ ਹੈ, ਪਰ ਕਹਿਣ ਲੱਗੇ ਉਹਨਾਂ ਦੇ ਜੀਵਨ ਦੇ ਅੰਦਰ ਉਹ ਗਿਆਨ ਦੇ ਕਾਰਨ ਹੀਰੇ ਦੀ ਤਰ੍ਹਾਂ ਨੇ। ਅਤੇ ਨਾਲ ਕਹਿੰਦੇ ਨੇ ਚਉ ਵਰਨਾ ਉਪਦੇਸ਼ ਦਾ, ਚਾਰੇ ਵਰਨ ਦੇ ਲੋਕ ਖੱਤਰੀ ਬ੍ਰਾਹਮਣ ਸ਼ੂਦ ਅਤੇ ਵੈਸ਼ ਸਾਰੇ ਰਵਿਦਾਸ ਜੀ ਮਹਾਰਾਜ ਦੇ ਕੋਲ ਆਉਂਦੇ ਨੇ ਅਤੇ ਰਵਿਦਾਸ ਜੀ ਮਹਾਰਾਜ ਆਪਣੇ ਗਿਆਨ ਦੇ ਨਾਲ ਉਹਨਾਂ ਨੂੰ ਉਪਦੇਸ਼ ਜਿਹੜਾ ਹੈ ਉਹ ਬਖਸ਼ਿਸ਼ ਕਰਦੇ ਨੇ। ਅਤੇ ਖਿਆਲ ਕਰਨਾ ਅੱਜ ਵੀ ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ ਉਹ ਗਿਆਨ ਹੈ, ਉਹ ਗਿਆਨ ਹੈ। ਅਤੇ ਖਿਆਲ ਕਰਨਾ ਗਿਆਨ ਜਿਹੜਾ ਹੈ ਨਾ ਉਹ ਭੋਜਨ ਦੀ ਤਰ੍ਹਾਂ ਹੁੰਦਾ ਹੈ। ਗਿਆਨ ਮਨੁੱਖ ਨੂੰ ਹੋਵੇ ਪਰ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਉਹ ਅਪਣਾਵੇ ਨੇ ਤਾਂ ਉਹ ਗਿਆਨ ਸਾਰਥਕ ਸਿੱਧ ਨਹੀਂ ਹੁੰਦਾ। ਜੇ ਉਹ ਗਿਆਨ ਦੀ ਵਰਤੋਂ ਨਾ ਕਰੇ ਤਾਂ ਉਹ ਸਾਰਥਕ ਸਿੱਧ ਨਹੀਂ ਹੁੰਦਾ। ਜਿਵੇਂ ਆਪਾਂ ਵੇਖਦੇ ਹਾਂ ਕਿ ਗਿਆਨ ਇੱਕ ਭੋਜਨ ਦੀ ਮਿਆਈ ਹੈ, ਤੁਸੀਂ ਆਮ ਦੇਖਿਆ ਹੋਵੇਗਾ ਮਨੁੱਖ ਭੋਜਨ ਛਕੇ, ਭੋਜਨ ਛਕਣ ਤੋਂ ਬਾਅਦ ਜੇ ਉਹ ਮਨੁੱਖ ਉਸ ਭੋਜਨ ਨੂੰ ਪਚਾ ਲਵੇ ਫਿਰ ਉਹ ਮਨੁੱਖ ਦੇ ਜੀਵਨ ਨੂੰ ਤੰਦਰੁਸਤ ਰੱਖਦਾ ਹੈ, ਐਨਰਜੀ ਦਿੰਦਾ ਹੈ, ਉਹਨੂੰ ਚੱਲਣ ਫਿਰਨ ਵਿੱਚ ਸਹਾਇਤਾ ਕਰਦਾ ਹੈ। ਪਰ ਜੇ ਮਨੁੱਖ ਦਾ ਛਕਿਆ ਹੋਇਆ ਭੋਜਨ ਉਹ ਉਸਨੂੰ ਪਚਾ ਨਾ ਸਕੇ ਤਾਂ ਖਿਆਲ ਕਰਨਾ ਫਿਰ ਮਨੁੱਖ ਨੂੰ ਉਹ ਲਾਭ ਦੇਣ ਦੀ ਬਜਾਏ ਹਾਨੀ ਦਿੰਦਾ ਹੈ। ਨਾ ਪਚਣ ਦਾ ਮਤਲਬ ਉਹ ਉਲਟੀ ਕਰ ਦੇਵੇ, ਨਾ ਪਚੇ ਤਾਂ ਉਹਦੇ ਪੇਟ ਵਿੱਚ ਦਰਦ ਹੋਵੇ, ਅਤੇ ਖਿਆਲ ਕਰਨਾ ਸੁੱਖ ਦੇਣ ਦੀ ਬਜਾਏ ਦੁੱਖ ਦਿੰਦਾ ਹੈ ਉਹ ਭੋਜਨ। ਸਤਿਗੁਰ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ ਵੀ ਜਿਹੜਾ ਗਿਆਨ ਰੂਪੀ ਪਦਾਰਥ ਹੈ ਉਹ ਜਿਹੜਾ ਮਨੁੱਖ ਛਕਦਾ ਹੈ ਅਤੇ ਉਹਨੂੰ ਲਾਭ ਮਿਲਦਾ ਹੈ। ਅਤੇ ਸਤਿਗੁਰ ਮਹਾਰਾਜ ਨੇ ਮੁਦਾਵਲੀ ਦੇ ਵਿੱਚ ਵੀ ਸਾਨੂੰ ਇਹੀ ਸਮਝਾਉਣਾ ਕੀਤਾ
ਵੀ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਅਧਾਰੋ, ਜੇ ਕੋ ਖਾਵੈ, ਜਿਹੜਾ ਇਸ ਗਿਆਨ ਨੂੰ ਖਾ ਲਵੇ, ਜੇ ਕੋ ਭੁੰਚੇ, ਭੁੰਚੇ ਦਾ ਮਤਲਬ ਹੁੰਦਾ ਪਚਾਉਣਾ, ਖਾਣ ਤੋਂ ਬਾਅਦ ਜੇਕਰ ਉਹ ਪਚਾ ਲਵੇ, ਜੇ ਕੋ ਖਾਵੈ, ਜੇ ਕੋ ਭੁੰਚੈ, ਤਿਸਕਾ ਹੋਏ ਉਧਾਰੋ। ਕਹਿਣ ਲੱਗੇ ਉਹਦਾ ਆਧਾਰ ਹੋਣਾ ਜਿਹੜਾ ਖਾਣ ਤੋਂ ਬਾਅਦ ਜਿਹੜਾ ਹੈ ਉਹ ਪਚਾ ਲਵੇ, ਉਹਦਾ ਸਾਰਥਕ ਹੋਣਾ, ਨਹੀਂ ਤੇ ਉਹ ਸਾਰਥਕ ਨਹੀਂ ਹੋਣਾ। ਤੇ ਨਾਲ ਸਾਹਿਬ ਕਹਿਣ ਲੱਗੇ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਆਧਾਰੋ, ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰੱਖ ਉਰਦਾਰੋ। ਇਹ ਗਿਆਨ ਰੂਪੀ ਜਿਹੜੀ ਪਦਾਰਥ ਹੈ ਸਾਹਿਬ ਕਹਿਣ ਲੱਗੇ ਇਹ ਤਜੀ ਨਹੀਂ ਜਾਈ, ਸਗੋਂ ਹਮੇਸ਼ਾ ਇਹਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਣਾ। ਹੁਣ ਖਿਆਲ ਕਰਨਾ ਮਨੁੱਖ ਜੇ ਗਿਆਨ ਜਿਵੇਂ ਭੋਜਨ ਨਾ ਪਹੁੰਚਾਵੇ ਤਾਂ ਲਾਭ ਨਹੀਂ ਦਿੰਦਾ, ਇਵੇਂ ਮਨੁੱਖ ਦੇ ਕੋਲ ਗਿਆਨ ਤਾਂ ਹੋਵੇ ਪਰ ਉਸ ਗਿਆਨ ਨੂੰ ਉਹ ਆਪਣੇ ਜੀਵਨ ਦੇ ਅੰਦਰ ਅਪਣਾਵੇ ਨਾ, ਕੇਵਲ ਸੁਣਨ ਤੱਕ ਸੀਮਤ ਰਹੇ। ਅਤੇ ਖਿਆਲ ਕਰਨਾ ਉਹ ਚੁੰਝ ਗਿਆਨੀ ਤਾਂ ਹੋ ਸਕਦਾ ਹੈ ਪਰ ਉਹਦੇ ਜੀਵਨ ਦੇ ਅੰਦਰ ਕੋਈ ਉਹਨੂੰ ਲਾਭ ਨਹੀਂ ਹੋ ਸਕਦਾ। ਬਾਬਾ ਕਬੀਰ ਜੀ ਨੇ ਸਾਡੇ ਸਨਮੁੱਖ ਉਹ ਗੱਲ ਰੱਖੀ ਹੈ ਵੀ ਗਿਆਨ ਤਾਂ ਹੈ ਪਰ ਉਹਦੀ ਵਰਤੋਂ ਨਹੀਂ। ਅਤੇ ਉਦਾਹਰਣ ਦਿੱਤੀ ਹੈ ਵੀ ਕਿਸੇ ਮਨੁੱਖ ਦੇ ਹੱਥ ਦੇ ਵਿੱਚ ਦੀਵਾ ਹੋਵੇ ਪਰ ਉਹ ਦੀਵਾ ਮਲੀਨ ਹੋਇਆ ਹੋਵੇ ਅਤੇ ਉਹਦੀ ਹਾਲਾਤ ਕੀ ਹੁੰਦੀ ਹੈ ਵੀ ਉਹ ਖੂਹ ਦੇ ਵਿੱਚ ਗਿਰ ਜਾਂਦਾ ਹੈ ਕਿਉਂਕਿ ਰੋਸ਼ਨੀ ਤੋਂ ਬਗੈਰ ਉਹਨੂੰ ਪਤਾ ਨਹੀਂ ਲੱਗਦਾ ਟੋਆ ਟਿੱਬਾ ਕਿੱਥੇ ਆ, ਖੂਹ ਕਿੱਥੇ ਆ, ਅਤੇ ਉਹ ਖੂਹ ਦੇ ਵਿੱਚ ਜਾਣ ਡਿੱਗ ਪੈਂਦਾ ਹੈ। ਅਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਵੀ ਮਨੁੱਖ ਦੇ ਹੱਥ ਦੇ ਵਿੱਚ ਤੇ ਦੀਵਾ ਹੋਵੇ ਪਰ ਉਹ ਖੂਹ ਦੇ ਵਿੱਚ ਡਿੱਗ ਜਾਵੇ ਅਤੇ ਕਹਿਣ ਲੱਗੇ ਇਹ ਕਿਹੜੀ ਸਿਆਣਪ ਵਾਲੀ ਗੱਲ ਹੈ। ਅਤੇ ਖਿਆਲ ਕਰਨਾ ਬਾਬਾ ਕਬੀਰ ਜੀ ਨੇ ਇਹ ਗੱਲ ਸਾਡੇ ਉੱਤੇ ਜਿਹੜੀ ਹੈ ਉਹ ਘਟਾ ਦਿੱਤੀ ਹੈ। ਹੁਣ ਸਾਨੂੰ ਗਿਆਨ ਤੇ ਹੈ ਤੇ ਖਿਆਲ ਕਰਨਾ ਉਹਨਾਂ ਨੇ ਸ਼ਰਾਬ ਦੀ ਬੋਤਲ ਦੇ ਉੱਤੇ ਲਿਖ ਕੇ ਲਾ ਦਿੱਤਾ ਵੀ ਇਹ ਸਿਹਤ ਵਾਸਤੇ ਹਾਨੀਕਾਰਕ ਹੈ। ਕੰਪਨੀ ਨੇ ਲਿਖ ਕੇ ਲਾ ਦਿੱਤਾ ਵੀ ਇਹ ਸਿਹਤ ਵਾਸਤੇ ਹਾਨੀਕਾਰਕ ਹੈ। ਮਨੁੱਖ ਜਦੋਂ ਬੋਤਲ ਖੋਲ੍ਹਦਾ ਪਕੜਦਾ ਉਹਦੇ ਉੱਪਰ ਲਿਖਿਆ ਪੜ੍ਹਦਾ ਵੀ ਹੈ ਉਹਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਸਿਹਤ ਵਾਸਤੇ ਹਾਨੀਕਾਰਕ ਹੈ ਪਰ ਖਿਆਲ ਕਰਨਾ ਫਿਰ ਵੀ ਉਹਨੂੰ ਪੀਂਦਾ ਹੈ। ਅਤੇ ਬਾਬਾ ਕਬੀਰ ਜੀ ਦਾ ਇਹ ਬਚਨ ਢੁੱਕ ਜਾਂਦਾ ਵੀ ਹਾਥ ਦੀਪ ਕੂਏ ਪਰੇ, ਹੱਥ ਵਿੱਚ ਦੀਵਾ ਅਤੇ ਉਹ ਦੀਵਾ ਜਿਹੜਾ ਹੈ ਪਕੜਿਆ ਹੋਇਆ ਖੂਹ ਦੇ ਵਿੱਚ ਮਨੁੱਖ ਡਿੱਗ ਪਿਆ। ਗਿਆਨ ਤਾਂ ਹੈ ਪਰ ਉਹਨੂੰ ਜੀਵਨ ਦੇ ਅੰਦਰ ਅਮਲੀ ਰੂਪ ਦੇ ਉੱਤੇ ਅਪਣਾਇਆ ਨਹੀਂ। ਅਤੇ ਖਿਆਲ ਕਰਨਾ ਜਿਹੜਾ ਮਨੁੱਖ ਅਮਲੀ ਹੋਵੇਗਾ ਇਵੇਂ ਨਸ਼ੇੜੀ ਹੋਵੇਗਾ ਉਹਨੂੰ ਪਤਾ ਹੈ ਜੀਵਨ ਦੇ ਅੰਦਰ ਕਿੰਨੀਆਂ ਦੁਸ਼ਵਾਰੀਆਂ ਨੇ। ਅਤੇ ਜਦੋਂ ਉਹ ਆਪਣੇ ਧੀ ਦਾ ਕਿਤੇ ਰਿਸ਼ਤਾ ਕਰਦਾ ਹੈ, ਵਰ ਲੱਭਦਾ ਹੈ, ਅਤੇ ਖਿਆਲ ਕਰਨਾ ਪਹਿਲਾਂ ਪਰਖ ਕਰਦਾ ਵੀ ਮੇਰਾ ਜਵਾਈ ਜਿਹੜਾ ਹੈ ਨਾ ਉਹ ਕਿਤੇ ਨਸ਼ਈ 'ਤੇ ਨਹੀਂ ਹੈ, ਮੇਰਾ ਜਵਾਈ ਜਿਹੜਾ ਹੈ ਉਹ ਅਮਲੀ 'ਤੇ ਨਹੀਂ ਹੈ। ਉਹਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਕਿੰਨੀਆਂ ਦੁਸ਼ਵਾਰੀਆਂ ਨੇ ਇਹ ਨਸ਼ੇ ਕਰਨ ਦੇ ਨਾਲ, ਪਰ ਉਹ ਫਿਰ ਲੱਭਦਾ ਹੈ ਕਿ ਮੇਰਾ ਰਿਸ਼ਤਾ ਧੀ ਦਾ ਉੱਥੇ ਹੋਵੇ ਜਿੱਥੇ ਮੇਰਾ ਜਵਾਈ ਨਸ਼ਈ ਨਾ ਹੋਵੇ, ਅਮਲੀ ਨਾ ਹੋਵੇ। ਉਹਨੂੰ ਪਤਾ ਹੈ ਪਰ ਆਪਣੀ ਜ਼ਿੰਦਗੀ ਦੇ ਅੰਦਰੋਂ ਉਹਨੇ ਕਦੀ ਕੱਢਿਆ ਨਹੀਂ ਇਹ ਨਸ਼ਾ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪਤਾ ਹੋਣ ਦੇ ਕਾਰਨ ਵੀ ਜਦੋਂ ਮਨੁੱਖ ਜੀਵਨ ਦੇ ਅੰਦਰ ਗਲਤ ਕੰਮ ਕਰਦਾ ਹੈ
ਤੇ ਸਾਹਿਬ ਕਹਿੰਦੇ ਨੇ ਵੀ ਉਹਦਾ ਜਿਹੜਾ ਵਿਵੇਕ ਦੀਪ ਮਲੀਨ ਹੋ ਚੁੱਕਿਆ ਹੈ। ਚੰਗੇ ਮਾੜੇ ਕਰਮ ਦੀ ਜਿਹੜੀ ਉਹਨੂੰ ਸੋਝੀ ਹੋਣੀ ਸੀ ਉਹ ਦੀਪ ਉਹਦਾ ਮਲੀਨ ਹੋ ਗਿਆ ਅਤੇ ਉਹਨੂੰ ਪਤਾ ਨਹੀਂ ਲੱਗਦਾ, ਕਿਉਂਕਿ ਦੀਵੇ ਨੇ ਤਾਂ ਰੋਸ਼ਨੀ ਦੇਣੀ ਸੀ ਆਪਣੇ ਵੱਲੋਂ, ਗਿਆਨ ਨੇ ਤਾਂ ਮਨੁੱਖ ਨੂੰ ਰਸਤੇ ਸਿੱਧੇ ਤੋਰਨਾ ਸੀ, ਪਰ ਜੇ ਗਿਆਨ ਦੀ ਵਰਤੋਂ ਨਾ ਕੀਤੀ ਤਾਂ ਖਿਆਲ ਕਰਨਾ ਮਨੁੱਖ ਹਨੇਰੇ ਦੇ ਵਿੱਚ ਹੈ, ਅਤੇ ਖਿਆਲ ਕਰਨਾ ਗੁਰੂ ਸਾਡੇ ਵਾਸਤੇ ਗਿਆਨ ਸੀ, ਗੁਰੂ ਨੇ ਸਾਨੂੰ ਇੱਕ ਅਗਵਾਈ ਦੇਣੀ ਸੀ ਅਤੇ ਇੱਕ ਦੀਵੇ ਦੀ ਨਿਆਈ ਸੀ, ਅਤੇ ਖਿਆਲ ਕਰਨਾ ਦੀਵੇ ਦੇ ਅੰਦਰ ਇੱਕ ਬੜੀ ਵੱਡੀ ਖੂਬੀ ਹੋਇਆ ਕਰਦੀ ਹੈ। ਰੋਸ਼ਨੀ ਦੇਣ ਦੇ ਜਿਹੜੇ ਸਾਧਨ ਨੇ, ਇੱਕ ਤਾਂ ਸੂਰਜ ਹੈ, ਦੂਸਰਾ ਦੀਵਾ ਹੈ। ਅਤੇ ਖਿਆਲ ਕਰਨਾ ਸੂਰਜ ਜਿਹੜਾ ਹੈ ਉਹ ਤੋਂ ਰੋਸ਼ਨੀ ਲੈਣ ਵਾਸਤੇ ਮਨੁੱਖ ਸੂਰਜ ਦੇ ਸਨਮੁੱਖ ਆਉਂਦਾ ਹੈ, ਸੂਰਜ ਦੇ ਸਨਮੁੱਖ ਆਉਂਦਾ ਹੈ। ਭਾਵੇਂ ਦਿਨ ਚੜ੍ਹਿਆ ਹੋਵੇ, ਮਨੁੱਖ ਆਪਣੇ ਕਮਰੇ ਦੀ ਦਰਵਾਜ਼ੇ ਪਰਦੇ ਲਾ ਕੇ ਅਤੇ ਅੰਦਰ ਹਨੇਰਾ ਹੋ ਜਾਂਦਾ, ਸੂਰਜ ਦੀ ਰੋਸ਼ਨੀ ਅੰਦਰ ਨਹੀਂ ਪੁੱਜ ਸਕਦੀ। ਜੇ ਰੋਸ਼ਨੀ ਲੈਣੀ ਹੈ ਤਾਂ ਬਾਹਰ ਜਾਣਾ ਪਏਗਾ। ਪਰ ਦੀਵੇ ਦੀ ਇੱਕ ਖੂਬੀ ਹੁੰਦੀ ਹੈ ਵੀ ਦੀਵਾ ਜਿਹੜਾ ਹੈ ਮਨੁੱਖ ਜਿੱਥੇ ਵੀ ਹੋਵੇ ਉਹਨੂੰ ਰੋਸ਼ਨੀ ਦੇ ਦਿੰਦਾ ਹੈ। ਅਤੇ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਮਨੁੱਖ ਨੂੰ ਗੁਰੂ ਜਿਹੜਾ ਹੈ ਉਹ ਦੀਵੇ ਦੀ ਨਿਆਈ ਬਖਸ਼ਿਸ਼ ਕੀਤਾ। ਅਤੇ ਸਾਹਿਬ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰਮ ਹੈ ਸਭ ਕੱਲ ਉਦਰੀ ਇੱਕ ਨਾਮ ਧਰਮ ਹੈ। ਵੀ ਉਹ ਚਿਰਾਗ ਜਿਹੜਾ ਸੀ, ਦੀਵਾ ਜਿਹੜਾ ਸੀ, ਉਹ ਸੰਸਾਰ ਦੇ ਅੰਦਰ ਗੁਰੂ ਰੂਪੀ ਮਨੁੱਖ ਨੂੰ ਬਖਸ਼ਿਸ਼ ਕੀਤਾ ਹੈ ਅਤੇ ਉਹ ਜੇ ਚਾਨਣ ਦੇ ਨਾਲ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਅੰਦਰ ਚੱਲਦਾ ਹੈ। ਇਹ ਹੁਣ ਮਨੁੱਖ ਨੇ ਸੋਚਣਾ ਹੈ ਵੀ ਜਿਹੜੀ ਪਰਮੇਸ਼ੁਰ ਨੇ ਬਖਸ਼ਿਸ਼ ਕੀਤੀ ਹੋਈ ਬੁੱਧੀ ਹੈ ਉਹਨੂੰ ਸਦਵਰਤੋਂ ਕਿਵੇਂ ਕਰਨੀ ਹੈ। ਅੱਜ ਦੀ ਰਹਾਉ ਵਾਲੀ ਪਕਤੀਆਂ ਸਤਿਗੁਰੂ ਮਹਾਰਾਜ ਇਹੀ ਸਮਝਾਉਣਾ ਕਰਦੇ ਨੇ ਕਿ ਇਹ ਸੱਜਣਾ ਆਪਣੇ ਵਿਵੇਕ ਦੀਪ ਨੂੰ ਮਲੀਨ ਨਾ ਹੋਣ ਦੇ, ਕਿਉਂਕਿ ਇੱਕ ਤੈਨੂੰ ਹੀ ਇਹ ਦਾਤ ਜਿਹੜੀ ਹੈ ਉਹ ਪਰਮੇਸ਼ੁਰ ਨੇ ਬਖਸ਼ਿਸ਼ ਕੀਤੀ ਹੈ, ਬਾਕੀ ਜੀਵਾਂ ਨੂੰ ਇਹ ਦਾਤ ਬਖਸ਼ਿਸ਼ ਨਹੀਂ ਕੀਤੀ। ਰਹਾਉ ਦੀਆਂ ਪੰਕਤੀਆਂ ਨੂੰ ਸਪਸ਼ਟ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਬਾਕੀ ਉਦਾਹਰਨਾਂ ਜਿਹੜੀਆਂ ਉਹ ਬਾਕੀ ਬੰਦਾਂ ਵਿੱਚ ਦਿੱਤੀਆਂ ਨੇ। ਅਤੇ ਪਹਿਲੇ ਬੰਦ ਦੇ ਅੰਦਰ ਸ਼ੁਰੂਆਤ ਤੋਂ ਪਹਿਲਾਂ ਸਤਿਗੁਰੂ ਮਹਾਰਾਜ, ਕਿਉਂਕਿ ਉਹਨਾਂ ਦੀ ਆਸਾ ਰੱਖਦਾ ਪਹਿਲਾ ਸ਼ਬਦ ਹੈ ਅਤੇ ਮੂਲ ਮੰਤਰ ਜਿਹੜਾ ਹੈ ਉਹ ਬਖਸ਼ਿਸ਼ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ੁਰ ਇੱਕ ਹੈ, ਉਹ ਇੱਕ ਰਸ ਵਿਆਪਕ ਹੈ, ਸਤ ਦਾ ਮਤਲਬ ਉਹ ਸਦੀਵੀ ਹੈ, ਗੁਰਪ੍ਰਸਾਦ ਦਾ ਮਤਲਬ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਰੰਭ ਹੁੰਦਾ ਹੈ ਸ਼ਬਦ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼ ਪੰਜ ਦੁੱਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਜੀਵ ਜਿਹੜੇ ਪੰਜ ਨੇ ਇਹਨਾਂ ਦੇ ਵਿੱਚ ਇੱਕ ਇੱਕ ਰੋਗ ਹੈ, ਏਕ ਦੁੱਖ ਵਿਨਾਸ਼, ਇੱਕ ਦੁੱਖ ਇਹਨਾਂ ਦੇ ਅੰਦਰ ਹੈ, ਇੱਕ ਰੋਗ ਹੈ ਅਤੇ ਇਹਨਾਂ ਦਾ ਵਿਨਾਸ਼ ਕਰ ਦਿੰਦਾ ਹੈ। ਹੁਣ ਕਿਵੇਂ ਕਰਦਾ ਹੈ? ਮ੍ਰਿਗ ਦਾ ਮਤਲਬ ਹਿਰਨ ਹੈ ਅਤੇ ਪਿਛਲੇ ਦਿਨਾਂ ਵਿੱਚ ਵੀ ਸਾਂਝ ਪਾਈ ਸੀ, ਮ੍ਰਿਗ ਨੂੰ ਕੰਨ ਦਾ ਰਸ ਹੈ, ਘਿੰਡੇ ਹੀੜੇ ਦੀ ਆਵਾਜ਼ ਸ਼ਿਕਾਰੀ ਕੱਢਦਾ ਹੈ, ਮ੍ਰਿਗ ਉੱਧਰਲੇ ਪਾਸੇ ਨੂੰ ਦੌੜਦਾ ਚਲਾ ਜਾਂਦਾ ਹੈ, ਬਿਲਕੁਲ ਨਜ਼ਦੀਕ ਜਾ ਕੇ ਵੀ ਪਛਾਣਦਾ ਨਹੀਂ, ਇੰਨਾ ਕੁ ਮਸਤ ਹੋ ਜਾਂਦਾ ਹੈ, ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ, ਸ਼ਿਕਾਰੀ ਉਹਨੂੰ ਮੌਤ ਦੇ ਮੂੰਹ ਵਿੱਚ ਪਾ ਦਿੰਦਾ ਹੈ, ਉਹਨੂੰ ਕੈਦ ਕਰ ਲੈਂਦਾ ਹੈ। ਮੀਨ ਮੱਛੀ, ਹੁਣ ਮੱਛੀ ਨੂੰ ਜੀਵ ਦਾ ਚਸਕਾ ਹੈ, ਖਾਣ ਦਾ ਚਸਕਾ ਹੈ, ਅਤੇ ਸ਼ਿਕਾਰੀ ਕੀ ਕਰਦਾ ਹੈ? ਸ਼ਿਕਾਰੀ ਕੁੰਡਲੀ ਨੂੰ
ਕੋਈ ਛੋਟਾ ਜਿਹਾ ਜੀਵ ਜਾਂ ਕੋਈ ਹੋਰ ਪਦਾਰਥ ਲਾ ਕਰਕੇ ਉਹਨੂੰ ਕਵਰ ਕਰਕੇ ਅਤੇ ਪਾਣੀ ਵਿੱਚ ਸੁੱਟ ਦਿੰਦਾ ਹੈ। ਹੁਣ ਮੱਛੀ ਨੂੰ ਜੀਭ ਦਾ ਸਵਾਦ ਹੈ ਅਤੇ ਉਹ ਇੱਕਦਮ ਉਹਨੂੰ ਖਾਣ ਲੱਗਦੀ ਹੈ ਅਤੇ ਉਸ ਕੁੰਡੀ ਦੇ ਵਿੱਚ ਉਹਦੀ ਜੀਭ ਜਿਹੜੀ ਆ ਉਹ ਫਸ ਜਾਂਦੀ ਹੈ, ਉਹ ਪਕੜੀ ਜਾਂਦੀ ਹੈ ਅਤੇ ਜਿਹੜਾ ਮਛੇਰਾ ਹੈ ਉਹਨੂੰ ਬਾਹਰ ਕੱਢ ਦਿੰਦਾ ਪਾਣੀ ਤੋਂ, ਉਹਦੀ ਮੌਤ ਹੋ ਜਾਂਦੀ ਹੈ। ਭਰਿੰਗ, ਭਰਿੰਗ ਦਾ ਅਰਥ ਹੈ ਪਤੰਗਾ, ਭਵਰਾ, ਭਰਿੰਗ ਦਾ ਮਤਲਬ ਹੈ ਭਵਰਾ ਅਤੇ ਭਵਰੇ ਨੂੰ ਜਿਹੜਾ ਹੈ ਉਹ ਸੁਗੰਧੀ ਦਾ ਰੋਗ ਹੈ। ਹੁਣ ਭਰਿੰਗ ਜਿਹੜਾ ਹੈ ਉਹ ਕਮਲ ਦੇ ਫੁੱਲ ਦੇ ਉੱਤੇ ਬੈਠਿਆ ਸੁਗੰਧੀ ਮੰਨਦਾ ਹੈ ਅਤੇ ਉਹਨੂੰ ਪਤਾ ਹੀ ਨਹੀਂ ਲੱਗਦਾ, ਸੁਗੰਧੀ ਵਿੱਚ ਇਤਨਾ ਮਸਤ ਹੋ ਜਾਂਦਾ, ਸੂਰਜ ਅਸਤ ਹੁੰਦਾ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰਦਾ ਹੈ ਅਤੇ ਉਹਦੀ ਮੌਤ ਉਹਨਾਂ ਪੰਖੜੀਆਂ ਦੇ ਬੰਦ ਹੋਣ ਤੋਂ ਬਾਅਦ ਹੋ ਜਾਂਦੀ ਹੈ। ਤੀਸਰੀ ਚੌਥੀ ਉਦਾਹਰਨ ਦਿੱਤੀ ਹੈ ਪਤੰਗ ਦੀ, ਪਤੰਗੇ ਦੀ ਦਿੱਤੀ ਹੈ, ਜਿਹਨੂੰ ਦ੍ਰਿਸ਼ਟੀ ਦਾ ਰੋਗ ਹੈ, ਦੇਖਣ ਦਾ ਰੋਗ ਹੈ, ਉਹ ਦੂਰੋਂ ਦੇਖਦਾ ਹੈ ਇੱਕ ਦੀਵੇ ਨੂੰ, ਦੂਰੋਂ ਚੱਲਿਆ ਆਉਂਦਾ ਹੈ ਅਤੇ ਦੀਵੇ ਦੇ ਆਲੇ ਦੁਆਲੇ ਮੰਡਰਾਉਣ ਲੱਗ ਪੈਂਦਾ ਹੈ, ਪਰ ਪ੍ਰੀਤ ਇੱਕ ਪਾਸੇ ਹੋਣ ਦੇ ਕਾਰਨ ਦੀਵਾ ਆਪਣੀ ਗਰਮੀ ਦੇ ਨਾਲ ਉਹਨੂੰ ਸਾੜ ਕੇ ਸਵਾਹ ਕਰ ਦਿੰਦਾ, ਉਹਦੀ ਮੌਤ ਹੋ ਜਾਂਦੀ ਹੈ। ਅਤੇ ਪੰਜਵਾਂ ਹੈ, ਸਤਿਗੁਰੂ ਮਹਾਰਾਜ ਨੇ ਕੁੰਚਰ ਦੀ ਉਦਾਹਰਨ ਦਿੱਤੀ ਹੈ, ਕੁੰਚਰ ਦਾ ਅਰਥ ਹੁੰਦਾ ਹਾਥੀ, ਉਹਨੂੰ ਕਾਮ ਦਾ ਰੋਗ ਹੈ ਅਤੇ ਉਹ ਕੀ ਕਰਦਾ ਹੈ ਮੁਹੱਬਤ ਪਕੜਨ ਵਾਲਾ ਹਾਥੀ ਨੂੰ ਉਹ ਇੱਕ ਬਨੌਟੀ ਹਸਤਨੀ ਬਣਾ ਕਰਕੇ ਅਤੇ ਉਹ ਕਟੋਆ ਕੱਢ ਕੇ ਉਹਦੇ ਉੱਪਰ ਕੁਝ ਵਿਛਾ ਦਿੰਦਾ ਹੈ ਅਤੇ ਅਗਲੇ ਪਾਸੇ ਹਸਤਨੀ ਰੱਖ ਦਿੰਦਾ ਹੈ ਅਤੇ ਉਹ ਹਾਥੀ ਦੌੜਾ ਆਉਂਦਾ ਹੈ ਅਤੇ ਉਸ ਟੋਏ ਦੇ ਵਿੱਚ ਡਿੱਗ ਜਾਂਦਾ, ਮੁੜ ਕੇ ਪੱਤ ਕੇ ਉਹ ਨਿਕਲ ਨਹੀਂ ਹੁੰਦਾ, ਮੁਹੱਬਤ ਉਹਦੇ ਸਿਰ ਦੇ ਉੱਤੇ ਕੁੰਡਾ ਮਾਰ ਦਿੰਦਾ ਹੈ ਅਤੇ ਮੁੜ ਕੇ ਸਾਰੀ ਉਮਰ ਉਹ ਹਾਥੀ ਫਿਰ ਗੁਲਾਮ ਹੋ ਜਾਂਦਾ ਹੈ। ਜਿਹੜਾ ਹਾਥੀ ਮਨੁੱਖ ਤੋਂ ਕਈ ਗੁਣਾ ਵੱਧ ਸਾਕਤਵਾਰ ਅਤੇ ਕਈ ਗੁਣਾ ਵੱਧ ਉਹਦੇ ਅੰਦਰ ਫੁਰਤੀਲੀ, ਪਰ ਖਿਆਲ ਕਰਨਾ ਉਹਦੇ ਜੀਵਨ ਦੇ ਅੰਦਰ ਇੱਕ ਕਾਮ ਦੇ ਕਾਰਨ, ਇੱਕ ਰੋਗ ਦੇ ਕਾਰਨ ਉਹ ਸਾਰੀ ਉਮਰ ਗੁਲਾਮ ਬਣ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ, ਮੁਹੱਬਤ ਦੇ ਕਹੇ ਅਨੁਸਾਰ ਕਰਦਾ ਹੈ। ਅਤੇ ਰਵਿਦਾਸ ਮਹਾਰਾਜ ਕਹਿੰਦੇ ਨੇ ਵੀ ਇਹ ਜੀਵ ਜਿਹੜੇ ਨੇ ਨਾ ਉਹ ਇੱਕ ਇੱਕ ਰੋਗ ਦੇ ਕਾਰਨ ਏਕ ਦੋਖ ਵਿਨਾਸ਼ ਆਪਣਾ ਵਿਨਾਸ਼ ਕਰ ਲੈਂਦੇ ਨੇ, ਪਰ ਸਾਹਿਬ ਕਹਿਣ ਲੱਗੇ ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਵੀ ਜਿਹਦੇ ਅੰਦਰ ਇਹ ਪੰਜੇ ਰੋਗ ਨੇ, ਕਿਉਂਕਿ ਮਨੁੱਖ ਦੇ ਅੰਦਰ ਇਹ ਪੰਜੇ ਹੀ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਤੇ ਕਹਿਣ ਲੱਗੇ ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਉਸ ਮਨੁੱਖ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ ਵੀ ਉਹ ਕਿਵੇਂ ਬਚ ਜਾਵੇਗਾ, ਕਿਉਂਕਿ ਮਨੁੱਖ ਜਿਹੜਾ ਹੈ ਨਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਦਾ ਜੀਵਨ ਜਿਹੜਾ ਹੈ ਇਹਦਾ ਸਰੀਰ ਹੀ ਮਨੁੱਖ ਦਾ ਹੈ, ਪਰ ਖਿਆਲ ਕਰਨਾ ਇਹਦੀਆਂ ਆਦਤਾਂ, ਇਹਦੇ ਕੰਮ ਜਿਹੜੇ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਪਸ਼ੂ ਪੰਛੀਆਂ ਵਰਗੇ ਹੀ ਨੇ। ਅਤੇ ਸਾਹਿਬ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਕਰਤੂਤ ਪਸ਼ੂ ਕੀ, ਇਹਦੀ ਕਰਤੂਤ ਇਹਦੀ ਕਰਨੀ ਜਿਹੜੀ ਹੈ ਉਹ ਪਸ਼ੂਆਂ ਵਰਗੀ ਹੈ ਅਤੇ ਇਹਦੀ ਜਾਤ ਜਿਹੜੀ ਭਾਵ ਇਹਨੂੰ ਸਰੀਰ ਜਿਹੜਾ ਮਿਲਿਆ ਹੈ ਉਹ ਮਨੁੱਖਾਂ ਵਰਗਾ, ਪਰ ਇਹਦੇ ਅੰਦਰ ਵਿਕਾਰ ਹੋਣ ਦੇ ਕਾਰਨ ਇਹ ਪਸ਼ੂਆਂ ਵਰਗਾ ਜੀਵਨ ਜਿਹੜਾ ਹੈ ਉਹ ਦਿਨ ਰਾਤ ਜਿਹੜਾ ਹੈ ਉਹ ਗੁਜ਼ਾਰਦਾ ਪਿਆ ਹੈ। ਅਤੇ ਖਿਆਲ ਕਰਨਾ ਹੁਣ ਪਸ਼ੂਆਂ ਅਤੇ ਮਨੁੱਖ ਦੇ ਵਿੱਚ
ਕੀ ਕੁ ਸਮਾਨ ਅੰਤਰ ਹੈ, ਕਿਹੜੀਆਂ ਗੱਲਾਂ ਤੇ ਖਿਆਲ ਕਰਨਾ। ਜਿਹੜੇ ਜੀਵ ਨੇ ਉਹ ਵੀ ਜੀਵਨ ਦੇ ਅੰਦਰ ਆਪਣੇ ਵਾਸਤੇ ਕੁਝ ਇਕੱਠਾ ਕਰਦੇ ਨੇ ਭੋਜਨ, ਤੇ ਜਿਉਂਦੀ ਜ਼ਿੰਦਗੀ ਜਿਹੜੀ ਆ ਉਹ ਜਿਉਂਦੇ ਨੇ ਭੋਜਨ ਇਕੱਠਾ ਕਰਕੇ। ਜ਼ਿੰਦਗੀ ਆਪਣੇ ਵਾਸਤੇ ਜਿਹੜਾ ਹੈ ਉਹ ਜੀਵ ਉਹ ਕਰਦਾ ਹੈ, ਪਰਤ ਕੇ ਉਹ ਵੀ ਬੱਚੇ ਪੈਦਾ ਕਰਦੇ ਨੇ, ਤੇ ਖਿਆਲ ਕਰਨਾ ਪਰਤ ਕੇ ਫਿਰ ਬੱਚਿਆਂ ਦੀ ਪਾਲਣ ਪੋਸ਼ਣ ਜਿਹੜੀ ਹੈ ਉਹ ਹਰੇਕ ਜੀਵ ਵੀ ਕਰਦਾ ਹੈ। ਉਹ ਭਾਵੇਂ ਜਾਨਵਰ ਹੋਵੇ ਭਾਵੇਂ ਪਸ਼ੂ ਪੰਛੀ ਹੋਵੇ, ਉਹਨਾਂ ਦੀ ਪ੍ਰਤਪਾਲਣਾ ਕਰਦਾ ਦੂਰ ਦੁਰਾਡੇ ਤੋਂ ਚੋਗਾ ਚੁੱਕ ਕੇ, ਤੇ ਆਪਣੇ ਬੱਚਿਆਂ ਦੇ ਮੁੱਖ ਦੇ ਵਿੱਚ ਉਹ ਪੰਛੀ ਵੀ ਪਾਉਂਦੇ ਨੇ। ਤੇ ਖਿਆਲ ਕਰਨਾ ਮਨੁੱਖ ਵੀ ਇਹੀ ਕੰਮ ਕਰਦਾ, ਆਪਣੇ ਵਾਸਤੇ ਜਿਹੜਾ ਹੈ ਉਹ ਭੋਜਨ ਇਕੱਠਾ ਕਰਦਾ ਹੈ, ਮਾਇਆ ਇਕੱਠੀ ਕਰਦਾ ਹੈ, ਤੇ ਉਸ ਤੋਂ ਬਾਅਦ ਫਿਰ ਪਰਤ ਕੇ ਉਹ ਮਨੁੱਖ ਜਿਹੜਾ ਹੈ ਉਹ ਬੱਚੇ ਪੈਦਾ ਕਰਦਾ ਹੈ, ਬੱਚਿਆਂ ਦੀ ਪਾਲਣ ਪੋਸ਼ਣ ਕਰਦਾ ਹੈ। ਤੇ ਖਿਆਲ ਕਰਨਾ ਇਹ ਸਮਾਨਤਾ ਮਨੁੱਖ ਤੇ ਪਸ਼ੂਆਂ ਦੇ ਵਿੱਚ ਹੈ, ਪਰ ਖਿਆਲ ਕਰਨਾ ਮਨੁੱਖ ਦੇ ਕੋਲ ਜਿਹੜੀ ਹੈ ਜਿਹੜਾ ਗਿਆਨ ਲੈ ਲੈਂਦਾ ਹੈ ਤੇ ਉਹ ਗਿਆਨ ਦੇ ਕਾਰਨ ਹੀ ਮਨੁੱਖ ਜਿਹੜਾ ਹੈ ਉਹ ਸ੍ਰੇਸ਼ਟ ਹੈ। ਬਾਕੀ ਜਿਤਨੀਆਂ ਵੀ ਇਹਦੀਆਂ ਆਦਤਾਂ ਨੇ ਬਾਕੀ ਜਿਹੜਾ ਜੀਵਨ ਹੈ ਉਹ ਪਸ਼ੂਆਂ ਦੇ ਸਮਾਨ ਨਹੀਂ ਹੈ। ਤੇ ਸਰ ਕਹਿਣ ਲੱਗੇ ਜੇ ਇਹ ਆਪਣੇ ਦੀਪ ਮਲੀਨ ਕਰ ਲਿਆ ਤੇ ਸਮਾਨ ਨੂੰ ਪਸ਼ੂਆਂ ਦੇ ਸਮਾਨ ਹੈ, ਪਰ ਜੇਕਰ ਇਹ ਵਿਵੇਕ ਦੀਪ ਨੂੰ ਵਰਤ ਲਿਆ ਤੇ ਇਹ ਮਾਨਸ ਜਿਹੜਾ ਹੈ ਅਵਰ ਜੋਨ ਤੇਰੀ ਭਨੇ ਹਾਰੀ, ਇਸ ਧਰਤੀ ਤੇ ਤੇਰੀ ਸਰਦਾਰੀ ਵਾਲਾ ਹਾਲ ਹੈ, ਇਹ ਸਰਦਾਰ ਬਣ ਜਾਂਦਾ। ਪਰ ਮਨੁੱਖ ਜੇ ਸਮਝੇ ਨਾ ਤੇ ਖਿਆਲ ਕਰਨਾ ਜੇ ਮਨੁੱਖ ਹੰਕਾਰੀ ਹੈ ਤੇ ਮਨ ਉਹ ਹਾਥੀ ਦੀ ਨਿਆਈ ਹੈ, ਜੇਕਰ ਮਨੁੱਖ ਲੋਭ ਦੇ ਅੰਦਰ ਫਸਿਆ ਹੋਇਆ ਹੈ ਤੇ ਖਿਆਲ ਕਰਨਾ ਫਿਰ ਕੁੱਤੇ ਦੀ ਨਿਆਈ ਹੈ, ਜੇਕਰ ਮਨੁੱਖ ਨਿੰਦਾ ਚੁਗਲੀ ਕਰਦਾ ਹੈ ਤੇ ਖਿਆਲ ਕਰਨਾ ਉਹ ਸੂਰ ਦੀ ਨਿਆਈ ਹੈ, ਜਿਵੇਂ ਸੂਰ ਗੰਦ ਖਾਂਦਾ ਹੈ ਇਵੇਂ ਮਨੁੱਖ ਵੀ ਨਿੰਦਾ ਚੁਗਲੀ ਕਰਕੇ ਆਪਣੇ ਜੀਵਨ ਦੇ ਅੰਦਰ ਜਿਹੜਾ ਹੈ ਉਹ ਗੰਦ ਖਾ ਰਿਹਾ ਹੈ। ਇਹ ਸਤਿਗੁਰ ਮਹਾਰਾਜ ਕਹਿਣ ਲੱਗੇ ਜੇ ਇਹ ਵੀ ਲੋਕਾਂ ਦੇ ਕੋਲ ਰਿਸ਼ਵਤ ਲੈ ਕਰਕੇ ਠੱਗੀ ਠੋਰੀ ਕਰਕੇ ਤੇ ਧਨ ਦੌਲਤ ਇਕੱਠੀ ਕਰਦਾ ਹੈ ਤੇ ਮਨ ਉਹਦੇ ਉੱਤੇ ਬੈਠਾ ਹੋਇਆ ਇਕੱਠੀ ਕਰਕੇ ਤੇ ਇਹ ਸੱਪ ਦੀ ਜੂਨੀ ਮਨ ਜਿਵੇਂ ਸੱਪ ਕੁੰਡਲੀ ਬਣ ਕੇ ਮਾਇਆ ਦੇ ਉੱਤੇ ਬੈਠਾ ਹੁੰਦਾ ਹੈ, ਇਵੇਂ ਇਹ ਮਨੁੱਖ ਵੀ ਬੈਠਾ ਹੋਇਆ ਹੈ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਇਹ ਸੱਜਣਾ ਇਹ ਮਨੁੱਖ ਦੀ ਹਾਲਾਤ ਹੈ, ਤੇ ਦੁਨੀਆਂ ਦੇ ਅੰਦਰ ਬੜੇ ਵੱਡੇ ਵੱਡੇ ਲੋਕ ਬੜੇ ਵੱਡੇ ਰਿਸ਼ੀ ਮੁਨੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਅਨੇਕਾਂ ਧਰਮ ਦੇ ਗ੍ਰੰਥ ਵੀ ਪੜ੍ਹੇ, ਪਰ ਉਹ ਧਰਮ ਦੇ ਗ੍ਰੰਥ ਪੜ੍ਹਨ ਤੋਂ ਬਾਅਦ ਵੀ ਆਪਣੇ ਜੀਵਨ ਦੇ ਅੰਦਰ ਉਹਨਾਂ ਨੂੰ ਵਰਤੋਂ ਵਿੱਚ ਨਹੀਂ ਲੈ ਕੇ ਆਉਂਦਾ ਤੇ ਉਹਨਾਂ ਦਾ ਵੀ ਜੀਵਨ ਦੇ ਅੰਦਰ ਕੋਈ ਉਹਨਾਂ ਨੂੰ ਲਾਭ ਨਹੀਂ ਹੋਇਆ। ਤੇ ਸਭ ਆਖਦੇ ਨੇ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਆਸਾ ਰਾਗ ਦੇ ਅੰਦਰ ਹੀ ਚਾਰ ਵਰਨ ਚੌਹਾਂ ਕੇ ਮਰਦਮ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋ ਸ਼ਲੀ ਰੇ। ਭਾਵੇਂ ਕਿਤਨੇ ਵੀ ਸੁੰਦਰ ਸੁਗੜ ਤੇ ਸਿਆਣੇ ਆਪਣੇ ਆਪ ਨੂੰ ਅਖਵਾਉਂਦੇ ਸਨ, ਪਰ ਉਹਨਾਂ ਪੰਜਾਂ ਨੂੰ ਜਿਹੜੇ ਵਿਕਾਰ ਸਨ ਉਹਨਾਂ ਨੇ ਉਹਨਾਂ ਨੂੰ ਛੱਲ ਲਿਆ। ਭਾਵੇਂ ਕਿ ਆਪਣੇ ਜੀਵਨ ਦੇ ਅੰਦਰ ਖੱਟ ਦਰਸ਼ਨ ਕਰ ਤਲੀ ਰੇ, ਖੱਟ ਦਾ ਮਤਲਬ ਛੇ ਸ਼ਾਸਤਰਾਂ ਦਾ ਵੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਅਭਿਆਸ ਕੀਤਾ ਹੋਇਆ ਸੀ। ਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰਹੇ। ਸੰਸਾਰ ਦੇ ਵਿੱਚ ਸੂਰਬੀਰ ਕੌਣ ਹੈ? ਤੇ ਸਭ ਕਹਿੰਦੇ ਨੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਅਸਲ ਦੇ ਵਿੱਚ ਉਹ ਸੂਰਮਾ ਹੈ ਜਿਹਨੇ ਇਹ ਪੰਜੇ ਵਿਕਾਰ ਆਪਣੇ ਵਸ ਵਿੱਚ ਕੀਤੇ ਹੋਏ ਨੇ।
ਜਿਨ੍ਹਾਂ ਨੇ ਆਹ ਪੰਜ ਵਿਕਾਰ ਜਿਹੜੇ ਨੇ ਉਹ ਆਪਣੇ ਅਧੀਨ ਕੀਤੇ ਹੋਏ ਨੇ। ਸਾਹਿਬ ਕਹਿਣ ਲੱਗੇ ਅਸਲ ਦੇ ਵਿੱਚ ਉਹ ਸੂਰਮਾ ਹੈ, ਨਹੀਂ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਪੰਜਾਂ ਵਿਕਾਰਾਂ ਦੇ ਅੰਦਰ ਹੋਰ ਮਗਰ ਫੌਜ ਜਿਹੜੀ ਆ ਉਹ ਵੀ ਬੜੀ ਵੱਡੀ ਹੈ। ਵੱਡੀ ਕੌਮ ਵਸ ਭਾਗੇ ਨਾਹੀਂ, ਮੁਹਕਮ ਫੌਜ ਹਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲੀਆ, ਸਾਧ ਸੰਗਤ ਕੇ ਝਲੀ ਰੇ। ਕਹਿਣ ਲੱਗੇ ਇਸ ਦਾ ਪੰਜਾਂ ਵਿਕਾਰਾਂ ਦੇ ਪਿੱਛੇ ਫੌਜ ਹੋਰ ਵੀ ਹੈ, ਨਿੰਦਾ ਦੀ, ਤ੍ਰਿਸ਼ਨਾ ਦੀ, ਦਵੈਸ਼ ਦੀ, ਚੁਗਲੀ ਦੀ, ਹੋਰ ਅਨੇਕਾਂ ਇਹਨਾਂ ਦੇ ਮਗਰ ਮਗਰ ਹੋਰ ਅਲਾਮਤਾਂ ਨੇ ਇਹਨਾਂ ਵਿਕਾਰਾਂ ਦੀਆਂ, ਅਤੇ ਇਹਨਾਂ ਦੀ ਫੌਜ ਬੜੀ ਵੱਡੀ ਹੈ। ਅਤੇ ਸਤਿਗੁਰੂ ਮਹਾਰਾਜ ਫਿਰ ਸਾਨੂੰ ਸਾਡਾ ਸ਼ੀਸ਼ਾ ਦਿਖਾਉਂਦੇ ਨੇ। ਸਾਹਿਬ ਆਖਦੇ ਨੇ ਆਪਣੇ ਜੀਵਨ ਦੇ ਅੰਦਰ ਜੇ ਤੂੰ ਇਹਨਾਂ ਵਿਕਾਰਾਂ ਨੂੰ ਨਹੀਂ ਜੇ ਕੱਢਿਆ ਤਾਂ ਖਿਆਲ ਕਰਨਾ ਤੇਰੀ ਹਾਲਾਤ ਕੀ ਹੈ। ਮਨੁੱਖ ਕਾਮ ਦੇ ਅਧੀਨ ਜ਼ਿੰਦਗੀ ਜਿਉਂਦਾ ਹੈ, ਅਤੇ ਸਾਹਿਬ ਕਹਿੰਦੇ ਨੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੇ, ਫਿਰ ਬਹੁਤ ਬਹੁਤ ਪਛਤਾਵੇ। ਇਹ ਘੜੀ ਪਲ ਦਾ ਜਿਹੜਾ ਹੈ ਜੀਵਨ ਦੇ ਅੰਦਰ ਇਹਦੇ ਸੁੱਖ ਅਤੇ ਪਰਤ ਕੇ ਇਹਨੂੰ ਪਛਤਾਉਣਾ ਪੈਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਾਮ ਅਤੇ ਕ੍ਰੋਧ ਮਨੁੱਖ ਦੇ ਜੀਵਨ ਨੂੰ ਕਿਵੇਂ ਖਰਾਬ ਕਰ ਦਿੰਦੇ ਨੇ, ਕਿਵੇਂ ਬਰਬਾਦ ਕਰ ਦਿੰਦੇ ਨੇ। ਜਿਵੇਂ ਸੋਨੇ ਦੇ ਉੱਤੇ ਸੁਹਾਗਾ ਪਾ ਦਿੱਤਾ ਜਾਵੇ, ਖਾਰਾ ਪਦਾਰਥ ਜਿਹੜਾ ਕੈਮੀਕਲ ਪਾ ਦਿੱਤਾ ਜਾਵੇ। ਕਾਮ ਕ੍ਰੋਧ ਕਾਇਆ ਕੋ ਕਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਜਿਵੇਂ ਸੁਹਾਗਾ ਪਾ ਦਿੱਤਾ ਜਾਵੇ ਉਹ ਸੋਨਾ ਜਿਹੜਾ ਹੈ ਉਹ ਢਲ ਜਾਂਦਾ, ਇਵੇਂ ਕਾਮ ਅਤੇ ਕ੍ਰੋਧ ਜਿਹੜਾ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਾਇਆ ਨੂੰ ਗਾਲ ਦਿੰਦਾ ਹੈ। ਅਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਲੋਕ ਸੰਸਕ੍ਰਿਤੀ ਦੇ ਅੰਦਰ ਸਮਝਾਉਣਾ ਕੀਤਾ, ਹੇ ਕਾਮੰ ਨਰਕ ਬਸ਼ਰਾਮੰ ਬਹੁ ਜੋਨੀ ਪਰਮਾਵਣੇ, ਚਿਪਤ ਹਰਨੰ ਤਹਿ ਲੋਕ ਗਮਨੰ, ਜਪ ਤਪਸੀਲ ਵਧਾਰਨੇ। ਕਹਿਣ ਲੱਗੇ ਹੇ ਕਾਮ, ਤੂੰ ਮਨੁੱਖ ਨੂੰ ਨਰਕ ਦੇ ਵਿੱਚ ਥਾਂ ਦੇਣ ਵਾਲਾ ਹੈ ਅਤੇ ਬਹੁਤੀਆਂ ਜੋਨਾਂ ਦੇ ਵਿੱਚ ਭਰਮਾਉਣ ਵਾਲਾ ਹੈ। ਅਤੇ ਨਾਲ ਕਹਿੰਦੇ ਨੇ ਚਿਤ ਹਰਨ ਤਰਹ ਲੋਕ ਗਮਨ, ਜਪ ਤਪਸੀਲ ਵਧਾਰ ਨੇ, ਕੀਤੇ ਹੋਏ ਚੰਗੇ ਕਰਮ ਜਿਹੜੇ ਨੇ ਉਹ ਪਲ ਦੇ ਵਿੱਚ ਬਰਬਾਦ ਕਰ ਦਿੰਦਾ। ਅਤੇ ਨਾਲ ਸਤਿਗੁਰੂ ਮਹਾਰਾਜ ਕਾਮ ਦੇ ਨਾਲ ਕ੍ਰੋਧ ਦੀ ਗੱਲ ਕਰਦੇ ਨੇ, ਕਹਿੰਦੇ ਨੇ ਹੇ ਕਲ ਮੂਲ ਕ੍ਰੋਧਨ ਕਤੰ ਚ ਕਰਨਾ ਨਾ ਉਪਜਦੇ। ਤੇਰੇ ਅੰਦਰ ਜੇ ਕ੍ਰੋਧ ਹੈ ਤੇ ਤੇਰੇ ਮਨ ਦੇ ਅੰਦਰ ਜਿਹੜਾ ਦਇਆ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ, ਕਰਨਾ ਭਾਵ ਦਇਆ ਬਿਲਕੁਲ ਖਤਮ ਹੋ ਜਾਂਦੀ ਹੈ, ਪੈਦਾ ਹੀ ਨਹੀਂ ਹੁੰਦੀ, ਅਤੇ ਤੇਰੇ ਅੰਦਰ ਇਹ ਕ੍ਰੋਧ ਜਿਹੜਾ ਹੈ ਉਹ ਵੀ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਦੋਏ ਕਰੋ ਵਸੂਲੇ, ਅਤੇ ਜੇ ਜੀਵਨ ਦੇ ਅੰਦਰ ਕਾਮ ਅਤੇ ਕ੍ਰੋਧ ਨੂੰ ਤੂੰ ਰੰਬਾ ਬਣਾ ਲੈ, ਗੋਡੋ ਧਰਤੀ ਭਾਰੀ, ਇਸ ਜੀਵਨ ਦੇ ਅੰਦਰ ਇਸ ਸਰੀਰ ਨੂੰ ਭਾਵ ਗੁੱਡ, ਅਤੇ ਕਰਨਾ ਕੀ ਹੈ ਜਿਉਂ ਗੋਡੋ ਤਿਉਂ ਸੁੱਖ ਪਾਵੋ, ਕਿਰਤ ਨਾ ਮਿਟਿਆ ਜਾਏ। ਜਿਵੇਂ ਜਿਵੇਂ ਸੰਸਾਰ ਦੇ ਅੰਦਰ ਵਿਚਰੇਗਾ ਅਤੇ ਕਾਮ ਦੇ ਨਾਲ ਇਹਨੂੰ ਪ੍ਰੇਮ ਦੇ ਵਿੱਚ ਬਦਲ ਲੈ, ਕ੍ਰੋਧ ਨੂੰ ਜਿਹੜਾ ਹੈ ਉਹ ਆਪਣੇ ਜੀਵਨ ਦੇ ਅੰਦਰ ਸਵੈ ਮਾਨ ਦੇ ਅੰਦਰ ਬਦਲ ਲੈ, ਅਤੇ ਇਹਦੇ ਨਾਲ ਜੀਵਨ 'ਚ ਗੁਜ਼ਾਰ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੂੰ ਸੁੱਖ ਪਾਵੇਂਗਾ। ਅਤੇ ਖਿਆਲ ਕਰਨਾ ਇੱਕ ਵਾਰ ਮਹਾਤਮਾ ਬੁੱਧ ਜੀ ਨੂੰ ਕੋਈ ਮਨੁੱਖ ਜਿਹੜਾ ਸੀ ਉਹ ਗਾਲਾਂ ਕੱਢ ਗਿਆ, ਉਹਦੇ ਚੇਲਿਆਂ ਦੇ ਸਨਮੁਖ ਗਾਲਾਂ ਕੱਢੀਆਂ ਮਹਾਤਮਾ ਬੁੱਧ ਜੀ ਨੂੰ। ਅਤੇ ਜਦੋਂ ਉਹ ਬੰਦਾ ਚਲਾ ਗਿਆ, ਜਾਣ ਤੋਂ ਬਾਅਦ
ਉਹਦੇ ਚੇਲਿਆਂ ਨੇ ਪੁੱਛਿਆ, ਕਹਿਣ ਲੱਗਾ ਮਹਾਤਮਾ ਜੀ ਤੁਹਾਨੂੰ ਬੰਦੇ ਨੇ ਗਾਲਾਂ ਕੱਢੀਆਂ ਤੇ ਤੁਸੀਂ ਅੱਗਿਓਂ ਪੁੱਛ ਗਿਆ ਹੀ ਨਹੀਂ। ਮਹਾਤਮਾ ਬੁੱਧ ਜੀ ਕਹਿਣ ਲੱਗੇ ਵੀ ਜੇਕਰ ਕੋਈ ਮਨੁੱਖ ਕਿਸੇ ਨੂੰ ਚੀਜ਼ ਦੇਵੇ ਤੇ ਅਗਲਾ ਮਨੁੱਖ ਉਹ ਚੀਜ਼ ਲਵੇ ਨਾ ਤੇ ਫਿਰ ਦੱਸੋ ਉਹ ਚੀਜ਼ ਕਿਹਦੀ ਹੁੰਦੀ ਹੈ। ਉਹ ਚੇਲੇ ਕਹਿਣ ਲੱਗੇ ਵੀ ਉਹ ਤਾਂ ਫਿਰ ਜੇ ਲਈ ਨਹੀਂ ਤਾਂ ਉਹਦੀ ਹੋ ਗਈ। ਮਹਾਤਮਾ ਬੁੱਧ ਜੀ ਕਹਿਣ ਲੱਗੇ ਉਹਨੇ ਸਾਨੂੰ ਗਾਲਾਂ ਕੱਢੀਆਂ, ਮਾੜਾ ਬਚਨ ਆਖਿਆ, ਅਸੀਂ ਉਹਦੀਆਂ ਗਾਲਾਂ ਲਈਆਂ ਹੀ ਨਹੀਂ, ਉਹਦੇ ਮਾੜੇ ਬਚਨ ਲਏ ਨੇ, ਉਹ ਤਾਂ ਵਾਪਸ ਲੈ ਗਿਆ ਤੇ ਉਹਦੀਆਂ ਹੀ ਹੋ ਗਈਆਂ। ਤੇ ਖਿਆਲ ਕਰਨਾ ਮਨੁੱਖ ਨੂੰ ਜੀਵਨ ਦੇ ਅੰਦਰ ਕ੍ਰੋਧਿਤ ਹੋ ਕੇ ਜਦੋਂ ਕੋਈ ਅੱਗਿਓਂ ਬੋਲਦਾ ਹੈ, ਮਨੁੱਖ ਵੀ ਅੱਗਿਓਂ ਕ੍ਰੋਧਿਤ ਹੋ ਕੇ ਬੋਲੇ ਤੇ ਫਿਰ ਵਿਨਾਸ਼ ਦਾ ਕਾਰਨ ਜਿਹੜਾ ਹੈ ਉਹ ਬਣ ਜਾਂਦਾ ਹੈ। ਤੇ ਸਤਿਗੁਰ ਮਹਾਰਾਜ ਨੇ ਪਾਵਨ ਬਚਨਾਂ ਦੇ ਅੰਦਰ ਇਹ ਸਮਝਾ ਦਿੱਤਾ ਵੀ ਇਹ ਮਨੁੱਖ ਕਾਮ ਕ੍ਰੋਧ ਤੇ ਫਿਰ ਲੋਭ, ਤੇ ਲੋਭ ਦੀ ਵਿਰਤੀ ਤੇਰੇ ਕੁੱਤੇ ਵਾਲੀ ਹੈ। ਤੇ ਸਭ ਕਹਿਣ ਲੱਗੇ ਜਿਉਂ ਕੂਕਰ ਹਰਕਾਇਆ ਧਾਵੇ ਦਹਿਦ ਸਜਾਏ, ਲੋਭੀ ਜੰਤ ਨਾ ਜਾਣੇ ਭੱਖ ਅਪੱਖ ਸਭ ਖਾਏ। ਲੋਭੀ ਮਨੁੱਖ ਕੂਕਰ ਦੀ ਨਿਆਈ ਹੈ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਖਾਣਾ ਕੀ ਛੱਡਣਾ, ਤੇ ਆਪਣੇ ਜੀਵਨ ਦੇ ਅੰਦਰ ਉਹ ਇਵੇਂ ਆਪਣਾ ਜੀਵਨ ਜਿਹੜਾ ਹੈ ਉਹ ਬਰਬਾਦ ਕਰ ਲੈਂਦਾ ਹੈ। ਦੂਸਰੇ ਬੰਦ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਮਨੁੱਖ ਤਿਰਗਰਦ ਜੋਨ ਅਚੇਤ ਸੰਭਵ। ਜਿਹੜੀਆਂ ਪਹਿਲੀਆਂ ਗੱਲਾਂ ਪਹਿਲੇ ਬੰਦ ਵਿੱਚ ਕਹੀਆਂ ਸਨ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਤੇ ਹੋਰ ਜੁਨੀਆਂ ਜਿਹੜੀਆਂ ਨੇ, ਤਿਰਗਦ ਦਾ ਮਤਲਬ ਟੇਢੀਆਂ ਬੇਡੀਆਂ। ਸਾਹਿਬ ਕਹਿਣ ਲੱਗੀ ਵੀ ਜਿਹੜੀਆਂ ਤੇ ਟੇਢੀਆਂ ਬੇਡੀਆਂ ਜੂਨਾਂ ਹਨ ਉਹਨਾਂ ਦੇ ਕੋਲ ਚੇਤਨ ਸ਼ਕਤੀ ਨਹੀਂ ਹੈ। ਕੇਵਲ ਤੇ ਕੇਵਲ ਮਨੁੱਖ ਨੂੰ ਪਰਮੇਸ਼ਰ ਨੇ ਇਹ ਦਾਤ ਦਿੱਤੀ ਹੈ ਜਿਹਦੇ ਕਾਰਨ ਇਹ ਸਰਬੋਰ ਹੈ, ਜਿਹਦੇ ਕਾਰਨ ਇਹ ਸਰਦਾਰ ਵੀ ਹੈ। ਬਾਕੀ ਜੀਵਾਂ ਦੇ ਕੋਲ ਉਹ ਚੇਤਨ ਸ਼ਕਤੀ ਨਹੀਂ ਹੈ, ਚੰਗੇ ਤੇ ਮਾੜੇ ਦੀ ਵਿਚਾਰ ਜਿਹੜੀ ਹੈ ਉਹ ਕਰਨ ਦੀ ਸ਼ਕਤੀ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਰਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਤੇ ਉਹਨਾਂ ਦੇ ਕੋਲ ਨਹੀਂ ਇਹ ਸੋਚ ਨਹੀਂ ਹੈ ਵੀ ਕਿਹੜਾ ਪੁੰਨ ਹੈ ਤੇ ਕਿਹੜਾ ਪਾਪ ਹੈ, ਉਹਨਾਂ ਦੇ ਕੋਲ ਨਹੀਂ ਹੈ। ਸਾਹਿਬ ਕਹਿਣ ਲੱਗੇ ਮਾਨੁੱਖਾ ਅਵਤਾਰ ਦੁਰਲੱਭ ਤੇ ਹੀ ਸੰਗਤ ਪੋਚ। ਕਹਿਣ ਲੱਗੇ ਕੇਵਲ ਤੇ ਕੇਵਲ ਮਨੁੱਖ ਦੇ ਕੋਲ ਇਹ ਦੁਰਲੱਭ ਵਸਤੂ ਜਿਹੜੀ ਹੈ ਉਹ ਪਰਮੇਸ਼ਰ ਨੇ ਦਿੱਤੀ ਹੋਈ ਹੈ, ਪਰ ਫਿਰ ਵੀ ਇਹ ਆਪਣੀ ਸੰਗਤ ਉਹ ਮਾੜੀ ਰੱਖਦਾ ਹੈ, ਨੀਵੀਂ ਰੱਖਦਾ ਹੈ, ਕਿਉਂਕਿ ਇਹਦਾ ਵਿਵੇਕ ਦਾ ਦੀਪ ਜਿਹੜਾ ਹੈ ਉਹ ਮਲੀਨ ਹੋ ਚੁੱਕਿਆ ਹੈ। ਇਹਦਾ ਦੀਪ ਜਿਹੜਾ ਹੈ ਉਹ ਮਲੀਨ ਹੋ ਗਿਆ, ਜਿੰਨੀ ਦੇਰ ਤੱਕ ਗਿਆਨ ਦੇ ਨਾਲ ਉਹਨੂੰ ਸਾਫ਼ ਨਾ ਕੀਤਾ ਉੱਨੀ ਦੇਰ ਤੱਕ ਉਹਦੀ ਸਹੀ ਵਰਤੋਂ ਨਹੀਂ ਜੇ ਹੋਣੀ। ਅਤੇ ਅਗਲੇ ਬੰਦ ਵਿੱਚ ਕਹਿੰਦੇ ਨੇ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ, ਕਾਲ ਫਾਸ ਅਬਦ ਲਾਗੇ ਕਸ਼ਨਾ ਚੱਲੇ ਉਪਾਏ। ਕਹਿਣ ਲੱਗੇ ਜੀ ਜੰਤ ਜਿਹੜੇ ਆ ਨਾ ਬਾਕੀ ਮਨੁੱਖਾਂ ਨੂੰ ਛੱਡ ਕੇ ਜਿਹੋ ਜਿਹੇ ਕਰਮ ਨੇ ਉਹੋ ਜਿਹੇ ਕਰਮ ਜਿਹੜੇ ਨੇ ਉਹ ਕਰ ਰਹੇ ਨੇ, ਕਰਮਾਂ ਦੇ ਵਸ ਨੇ ਉਹ। ਕਾਲ ਫਾਸ ਅਬਦ, ਉਹਨਾਂ ਦੀ ਇਹ ਕਾਲ ਫਾਸ ਜਿਹੜੀ ਹੈ ਉਹ ਕੱਟੀ ਨਹੀਂ ਜਾ ਸਕਦੀ, ਅਬਦ ਦਾ ਮਤਲਬ ਨਾ ਕੱਟੀ ਜਾਣ ਵਾਲੀ। ਕਸ਼ ਨਾ ਚੱਲੇ ਉਪਾਏ, ਉਹਨਾਂ ਦਾ ਕੋਈ ਉਪਾਅ ਨਹੀਂ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ, ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਧਾਨ। ਕਹਿਣ ਲੱਗੀ ਰਵਿਦਾਸ ਦਾਸ ਉਦਾਸ ਤਜ ਭਰਮ। ਰਵਿਦਾਸ ਨੇ ਜਿਹੜਾ ਹੈ ਉਹ ਭਰਮ ਨੂੰ ਛੱਡ ਦਿੱਤਾ, ਤਜ ਦਿੱਤਾ,
ਗਵਾ ਦਿੱਤਾ ਅਤੇ ਇਹਨਾਂ ਵਿਕਾਰਾਂ ਵੱਲੋਂ ਉਦਾਸ ਹੋ ਗਿਆ। ਉਦਾਸ ਦਾ ਮਤਲਬ ਸਾਡੀ ਜ਼ਿੰਦਗੀ ਵਾਲਾ ਉਦਾਸ ਨਹੀਂ ਵੀ ਮਨੁੱਖ ਨੂੰ ਕੋਈ ਗਮ ਆ ਜਾਏ ਅਤੇ ਉਹ ਉਦਾਸ ਹੋ ਜਾਂਦਾ ਪਿਆ ਜਾਂਦਾ, ਉਹ ਉਦਾਸ ਨਹੀਂ। ਇੱਥੇ ਉਦਾਸ ਦਾ ਅਰਥ ਆ ਵੀ ਉਹਨਾਂ ਵਿਕਾਰਾਂ ਵੱਲੋਂ ਮੋੜਾ ਪਾ ਲਿਆ, ਉਹਨਾਂ ਵਿਕਾਰਾਂ ਨੂੰ ਜ਼ਿੰਦਗੀ ਵਿੱਚੋਂ ਕੱਢ ਦਿੱਤਾ। ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ, ਵੀ ਤਪਾਂ ਦਾ ਤਪ ਜਿਹੜੇ ਮਨੁੱਖ ਜੰਗਲਾਂ ਦੇ ਵਿੱਚ ਬੀਆਬਾਨਾਂ ਦੇ ਵਿੱਚ ਅਤੇ ਪਹਾੜਾਂ ਦੇ ਵਿੱਚ ਜਾ ਕੇ ਤਪ ਕਰਦੇ ਸਨ, ਕਹਿਣ ਲੱਗੇ ਉਹ ਅਸਲ ਤਪ ਨਹੀਂ ਹੈ। ਤਪਨ ਤਪ ਗੁਰ ਗਿਆਨ, ਗੁਰੂ ਦਾ ਗਿਆਨ ਜਿਹੜਾ ਹੈ ਨਾ ਉਹ ਅਸਲ ਵਿੱਚ ਤਪਾਂ ਦਾ ਤਪ ਹੈ। ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਧਾਨ, ਕਹਿਣ ਲੱਗੇ ਜਿਹੜੇ ਭਗਤ ਜਨ ਹੈ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਦੇ ਨੇ, ਦੁਨਿਆਵੀ ਭੈ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਉਹਨਾਂ ਦੇ, ਕਿਉਂਕਿ ਉਹਨਾਂ ਨੇ ਆਪਣੇ ਗਿਆਨ ਰੂਪੀ ਦੀਪਕ ਨੂੰ ਜਿਹੜਾ ਹੈ ਉਹ ਵਰਤੋਂ ਵਿੱਚ ਲੈ ਆਉਂਦਾ। ਅਤੇ ਰਹਾਓ ਵਾਲੀਆਂ ਤੁਕਾਂ ਖਿਆਲ ਕਰਨਾ, ਉਹਦੇ ਵਿੱਚ ਵੀ ਸਤਿਗੁਰ ਮਹਾਰਾਜ ਨੇ ਗਿਆਨ ਦੀ ਗੱਲ ਕੀਤੀ ਸੀ ਅਤੇ ਅਖੀਰ ਦੇ ਵਿੱਚ ਵੀ ਇਹੀ ਗੱਲ ਜਿਹੜੀ ਹੈ ਉਹ ਸਾਡੇ ਸਾਹਮਣੇ ਰੱਖਦੇ ਨੇ ਵੀ ਗਿਆਨ ਜਿਹੜਾ ਹੈ ਉਹ ਮਨੁੱਖ ਨੂੰ ਹੋਣਾ ਜ਼ਰੂਰੀ ਹੈ ਅਤੇ ਜੇ ਗਿਆਨ ਤੋਂ ਬਿਨਾਂ ਮਨੁੱਖ ਜ਼ਿੰਦਗੀ ਜਿਉਂਦਾ ਹੈ। ਅਤੇ ਕਹਿਣ ਲੱਗੇ ਇਹ ਹਾਥ ਦੀਪ ਕੂਏ ਪਰੇ ਵਾਲੀ ਇਹਦੀ ਕਹਾਣੀ ਹੈ, ਹੱਥ ਦੇ ਵਿੱਚ ਦੀਵਾ ਵੀ ਹੈ ਪਰ ਉਹਦੀ ਵਰਤੋਂ ਨਹੀਂ ਲੈ ਕੇ ਆਉਂਦਾ ਅਤੇ ਅਖੀਰ ਖੂਹ ਦੇ ਵਿੱਚ ਡਿੱਗ ਪੈਂਦਾ ਹੈ। ਇਵੇਂ ਮਨੁੱਖ ਵੀ ਵਿਕਾਰਾਂ ਰੂਪੀ ਖੂਹ ਦੇ ਵਿੱਚ ਡਿੱਗ ਪੈਂਦਾ ਹੈ, ਉਹ ਨਾ ਡਿੱਗੇ ਉਹਦੇ ਵਾਸਤੇ ਜਿਹੜਾ ਹੈ ਵਿਵੇਕ ਦੀਪ ਮਲੀਨ ਜਿਹੜਾ ਹੋਇਆ ਹੈ ਉਹਨੂੰ ਨਿਰਮਲ ਕਰਕੇ ਗੁਰੂ ਦੇ ਗਿਆਨ ਦੇ ਰਾਹੀਂ ਅਤੇ ਉਹਦੀ ਵਰਤੋਂ ਕਰਨੀ, ਅਤੇ ਜਿਹੜਾ ਅਵਿੱਦਿਆ ਹੈ ਭਾਵ ਸਮਝ ਉਹਦੇ ਨਾਲ ਹਿੱਤ ਜਿਹੜਾ ਹੈ ਉਹ ਨਹੀਂ ਕਰਨਾ, ਕਿਉਂਕਿ ਮਨੁੱਖ ਅਗਿਆਨਤਾ ਦੇ ਨਾਲ ਹਿੱਤ ਬਹੁਤਾ ਕਰਦਾ ਹੈ। ਇਹਨੂੰ ਸਾਰਾ ਕੁਝ ਪਤਾ ਵੀ ਹੈ